मन साचा मुख साचा सोई साचा तेरा नाम जी निर्वैर है सतगुरु सेवा राम जी साढ़े अंग संग होए सहाय सतगुरु सेवा राम जी साढ़े अंग संग होए सहाय तारे हजार दर्शन पाया तुझ नो तन कया तीन जम मेड़ जिनी तुझ नो तन कया तीन जम नेड़ हम पीखक पे खारी तेरे तू निज पत है दाता हो दयाल नाम दियो मंगत जन को सदा रहो रंग राता मांगू राम ते एकदा मांगो राम ते एक दान मांगो राम ते एक दान राम ते एक दान
सगले मनोरथ पूरन होवे, सिमरो तुम्हारा नाम। सगले मनोरथ पूरन होवे, सिमरो तुम्हारा नाम। सगले मनोरथ पूरन होवे, सिमरो चरण तुम्हारे हृदयवास, संतन का संग पाऊं। चरण तुम्हारे हृदयवास, संतन का संग पाऊं। चरण तुम्हारे हृदयवास, संतन संग गाऊं।
पहर गुन गाओ, आठ पहर गुन गाओ, आठ पहर गुन गाओ, आठ पहर गुन गाओ। शोभ अगल में मन ना व्यापे, आठ पहर गुन गाओ।
ਸੱਚੇ ਪਾਤਸ਼ਾਹ ਜੀ ਕੋਲੋਂ ਅੱਜ ਇਕੱਤਰ ਹੋਇਆ। ਆਪ ਜੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੁਣ ਰਹੇ ਹੋ ਅਤੇ ਅੱਗੋਂ ਸਾਡਾ 40 ਦਿਨ ਦਾ ਯੱਗ ਵੀ ਆ ਰਿਹਾ, ਉਸ ਨੂੰ ਮੁੱਖ ਰੱਖਦੇ ਹਾਂ। ਅੱਜ ਪਾਤਸ਼ਾਹ ਜੀ ਅੱਗੋਂ ਬਾਣੀ ਰਾਹੀਂ ਅਸੀਂ ਸਾਰਿਆਂ ਨੇ ਇਹ ਮੰਗ ਕਰਨੀ ਹੈ, ਸੱਚੇ ਪਾਤਸ਼ਾਹ ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਚਰਨ ਤੁਮਾਰੇ ਹਿਰਦੇ ਵਸੇ, ਸੰਤਨ ਕਾ ਸੰਗ ਪਾਉ ਸੋਗ ਅਗਨ ਮਹਿ ਮਨ ਨਾ ਵਿਆਪੈ ਆਠ ਪਹਿਰ ਗੁਣ। ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ, ਬਖਸ਼ਿਸ਼ ਕਰਨੀ, ਇਹ ਮੰਗ ਵੀ ਆਪ ਜੀ ਕੋਲੋਂ ਅੱਜ ਮੰਗਣ ਲਈ ਆਇਆ। ਅੱਗੋਂ ਜਿਹੜਾ ਵੀ ਸਮਾਂ ਆ ਰਿਹਾ, 40 ਦਿਨਾਂ ਦਾ ਪ੍ਰੋਗਰਾਮ ਹੋਣਾ, ਪੋਥੀ ਸਾਹਿਬ ਜੀ ਦੀ ਆਰੰਭਤਾ ਹੋਣੀ ਹੈ, ਅਤੇ ਆਪ ਜੀ ਨੇ ਬਖਸ਼ਿਸ਼ ਕਰਨੀ ਇਹ ਮੰਗ ਜਿਹੜੀ ਸਤਿਗੁਰ ਜੀ ਬਾਣੀ ਰਾਹੀਂ ਸਾਨੂੰ ਕਹਿ ਰਹੇ ਹਨ, ਇਹ ਮੰਗ ਆਪ ਜੀ ਨੇ ਸਾਡੇ ਸਾਰਿਆਂ ਦੀ ਝੋਲੀ 'ਚ ਪਾਣੀ। ਪਾਤਸ਼ਾਹ ਹੁਣੇ ਰਾਜੂ ਜੀ ਕਹਿ ਰਹੇ ਸਨ, ਸਤਿਗੁਰ ਜੀ ਨੇ ਜਿਹੜਾ ਗੁਰੂ ਉਪਦੇਸ਼ ਦਿੱਤਾ, ਕਿਤਨਾ ਅਨਮੋਲਕ ਹੀਰਾ। ਇੱਕ ਬੱਚੀ ਕੱਲ੍ਹ ਆਈ, ਕੱਲ੍ਹ ਸ਼ੁੱਕਰਵਾਰ ਦਾ ਦਿਨ ਸੀ, ਉਸਨੇ ਸੁਣਾਇਆ, ਕਿਉਂਕਿ ਉਹ ਬੜੀ ਭਰੋਸੇ ਵਾਲੀ ਹੈ, ਉਹਨੇ ਬਹੁਤ ਕੁਝ ਪਾਇਆ ਆਪਣੇ ਸਤਿਗੁਰਾਂ ਕੋਲੋਂ, ਅਤੇ ਅੱਜ ਵੀ ਉਹ ਇਹ ਸੁਣਾ ਰਹੀ ਸੀ। ਜਿਸ ਬੱਚੀ ਨੇ 95% ਮਾਰਕਸ ਲਿੱਤੇ ਸਨ, ਉਹਨੂੰ ਬਖਸ਼ਿਸ਼ ਵੀ ਹੋਈ ਸੀ ਇੱਧਰੋਂ, ਅਤੇ ਹੁਣ ਐਡਮਿਸ਼ਨ ਹੋਣਾ ਸੀ ਕਾਲਜ 'ਚ। ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ, ਲੇਕਿਨ ਉਸ 'ਚ ਵੀ ਰਾਜ ਹੁੰਦਾ ਹੈ, ਕੁਛ ਨਾ ਕੁਛ ਬਖਸ਼ਿਸ਼ ਹੁੰਦੀ ਹੈ ਸਤਿਗੁਰਾਂ ਦੀ। ਕਿਉਂਕਿ ਜਦੋਂ ਉਸਨੇ ਪੇਪਰ ਦਿੱਤੇ, ਸਤਿਗੁਰਾਂ ਕੋਲ ਬਖਸ਼ਿਸ਼ ਲੈਣ ਆਈ ਸੀ, ਸਿਰ 'ਤੇ ਹੱਥ ਰੱਖ ਕੇ, ਉਹ ਅੱਜ ਵੀ ਇਹ ਕਹਿੰਦੀ, ਪਤਾ ਨਹੀਂ ਮੇਰੇ 95% ਕਿਸ ਤਰ੍ਹਾਂ ਆ ਗਏ, ਮੈਂ ਉਮੀਦ ਨਹੀਂ ਸੀ ਮੈਨੂੰ। ਅਤੇ ਅੱਜ ਜਦੋਂ ਐਡਮਿਸ਼ਨ ਕਰਵਾਉਣਾ ਸੀ ਕਾਲਜ 'ਚ, ਬੜਾ ਰੋਈ, ਕਹਿੰਦੀ ਲੱਗਦਾ ਮੇਰਾ ਐਡਮਿਸ਼ਨ ਨਹੀਂ ਹੋਏਗਾ। ਪਤਾ ਨਹੀਂ ਉਹਦੇ ਮਨ ਵਿੱਚ ਕੀ ਆਈ ਗੱਲ, ਮੇਰਾ ਐਡਮਿਸ਼ਨ ਨਹੀਂ ਹੋਏਗਾ, ਪਤਾ ਨਹੀਂ ਮੈਨੂੰ ਮੇਰੇ ਮਤਲਬ ਦਾ ਕਾਲਜ ਮਿਲੇਗਾ ਕਿ ਨਹੀਂ ਮਿਲੇਗਾ। ਅਤੇ ਮਨ ਵਿੱਚ ਬੜਾ ਉਹਨੂੰ ਰੋਣਾ ਵੀ ਆਇਆ, ਮਾਂ ਨੇ, ਮਾਂ ਕਿਉਂਕਿ ਅੱਛੇ ਸੰਸਕਾਰ ਦੇਵੇ ਨਾ ਬੱਚਿਆਂ ਨੂੰ, ਅਤੇ ਬੱਚੇ ਹੋਰ ਵੱਧ ਜਾਂਦੇ ਨੇ ਉੱਥੇ ਤੱਕ। ਉਹ ਕਹਿੰਦੀ ਤੂੰ ਰੋ ਨਹੀਂ, ਸਾਨੂੰ ਆਪਣੇ ਸਤਿਗੁਰਾਂ 'ਤੇ ਪੂਰਾ ਭਰੋਸਾ, ਇਤਨੇ ਮਾਰਕਸ ਤੈਨੂੰ ਨਹੀਂ ਆਉਣੇ ਸੀ ਤਾਂ ਵੀ ਆਏ, ਅਤੇ ਤੇਰਾ ਐਡਮਿਸ਼ਨ ਜ਼ਰੂਰ ਹੋਏਗਾ, ਜਿਹੜਾ ਤੂੰ ਕਾਲਜ ਕਹਿੰਦੀ ਉਹਦੇ 'ਚ ਹੋਏਗਾ। ਬੱਚਾ ਮਾਂ ਨੇ ਸ਼ਿਕਸ਼ਾ ਦਿੱਤੀ ਹੋਈ ਕਿ ਇੱਕ ਮਾਲਾ ਗੁਰੂ ਉਪਦੇਸ਼ ਦੀ ਰੋਜ਼ ਕਰਨੀ ਕਰਨੀ, ਅਤੇ ਉਹ ਬੱਚੀ ਕਰਦੀ ਹੈ, ਰੋਜ਼ ਕਰਦੀ ਹੈ। ਅਤੇ ਉਹ ਕਹਿਣ ਲੱਗੀ, ਇੱਕ ਐਡਮਿਸ਼ਨ ਹੋਰ ਇੱਕ ਜਗ੍ਹਾ ਤੋਂ ਹੋਰ ਨੰਬਰ ਆ ਗਿਆ ਸੀ, ਉਹਨਾਂ ਨੇ ਸ਼ਾਇਦ 25,000 ਕਹੇ ਨੇ ਉਹਨੇ ਮੈਨੂੰ, ਉਹਨਾਂ ਨੇ ਪੈਸੇ ਮੰਗੇ ਕਿ ਐਡਮਿਸ਼ਨ ਹੋ ਜਾਏਗਾ। ਅਤੇ ਬਿਟੀਆਂ ਵੀ ਉਹਦੀ ਕਹਿਣ ਲੱਗੀ, ਚਲੋ ਮਾਮਾ ਇੱਕ ਜਗ੍ਹਾ 'ਤੇ ਹੋ ਜਾਏ ਨਾ, ਅਗਰ ਦੂਸਰੀ ਜਗ੍ਹਾ ਨਹੀਂ ਐਡਮਿਸ਼ਨ ਮਿਲਦਾ। ਕਹਿੰਦੀ ਮੇਰੇ ਮਨ ਵਿੱਚ ਪਤਾ ਨਹੀਂ ਕੀ ਆਇਆ, ਮੈਂ ਕਿਹਾ ਚੱਲ ਅੱਜ ਦਾ ਦਿਨ ਹੋਰ ਦੇਖ ਲੈਂਦੇ ਹਾਂ, ਅੱਜ ਦਾ ਦਿਨ ਹੋਰ ਦੇਖ ਲੈਂਦੇ ਹਾਂ, ਕੀ ਪਤਾ ਤੇਰਾ ਨੰਬਰ ਆ ਜਾ। ਤੂੰ ਇੱਕ ਕੰਮ ਕਰ, ਤੂੰ ਇੱਕ ਮਾਲਾ ਗੁਰੂ ਉਪਦੇਸ਼ ਦੀ ਕਰਨੀ, ਤੂੰ ਰੋ ਨਹੀਂ, ਹੁਣ ਮਾਲਾ ਹੱਥ ਵਿੱਚ ਰੱਖ, ਦੋ ਮਾਲਾ ਹੋਰ ਕਰ, ਅੱਜ ਵੀ ਕੱਲ੍ਹ ਕਰ, ਜਿੰਨੇ ਦਿਨ ਸਾਡੇ ਹੈਨ ਤੂੰ ਵੀ ਕਰ, ਅਤੇ ਮੈਂ ਵੀ ਬੈਠ ਜਾਂਦੀ ਹਾਂ, ਮੈਂ ਵੀ ਦੋ ਮਾਲਾ ਮੈਂ ਵੀ ਕਰਨੀ ਹਾਂ। ਉਹ ਬੱਚੀ ਅਗਰ ਆਪ ਸੁਣਾਏ ਤਾਂ ਬੜਾ ਅੱਛਾ ਲੱਗੇਗਾ, ਲੇਕਿਨ ਕੁਝ ਗੱਲਾਂ ਭੁੱਲ ਜਾਂਦੀਆਂ ਸੁਣਾਉਣਿਆਂ ਵੀ। ਕਹਿੰਦੇ ਨੇ ਉਹ ਸੋਫੇ 'ਤੇ ਬੈਠੀ ਰੋਈ ਜਾਏ, ਲੇਕਿਨ ਮੈਂ ਉਹਨੂੰ ਫਿਰ ਕਿਹਾ ਕਿ ਤੂੰ ਦੋ ਮਾਲਾ ਹੋਰ ਕਰ ਅੱਜ, ਅਤੇ ਮੈਂ ਵੀ ਕਰਨੀ ਆ ਦੋ ਮਾਲਾ। ਕਹਿੰਦੀ ਉਹ ਬੱਚੀ ਬੈਠ ਗਈ ਭਰੋਸਾ ਲੈ ਕੇ, ਭਰੋਸਾ ਤਾਂ ਹੈ, ਲੇਕਿਨ ਮਾਂ ਨੇ ਹੋਰ ਭਰੋਸਾ ਉਹਨੂੰ ਕਰਾਇਆ ਕਿ ਤੂੰ ਕਰ ਤਾਂ ਸੀ। ਕਹਿੰਦੀ ਅਜੇ ਦੋ ਮਾਲਾ ਕਰੀ ਕੀਤੀਆਂ ਹੀ ਸੀ ਕਿ ਉਹਦਾ ਉਹਦੇ 'ਚ ਮੋਬਾਈਲ 'ਚ ਫੋਨ ਆ ਗਿਆ ਕਿ ਤੁਹਾਡਾ ਐਡਮਿਸ਼ਨ ਹੋ ਗਿਆ। ਉਹ ਕਹਿੰਦੀ ਇਤਨੀ ਅੰਦਰੋਂ ਹੋਰ ਰੋਣਾ ਆਇਆ ਕਿ ਸੱਚੇ ਪਾਤਸ਼ਾਹ ਜੀ ਦੀ ਇਤਨੀ ਕਿਰਪਾ, ਮੇਰੀ ਮਾਂ ਨੇ ਤਾਂ ਕਿਹਾ ਤੂੰ ਦੋ ਮਾਲਾ ਕਰ, ਅਜੇ ਤਾਂ ਦੋ ਹੀ ਹੋਰ ਕੀਤੀਆਂ, ਕੱਲ੍ਹ ਦਾ ਤਾਂ ਸੋਚਿਆ ਹੀ ਨਹੀਂ।
फिर मम्मी ओदी माला करके लेटी सी अजय, उन्हें फटाफट पैर हिलाया, यानी मम्मी जल्दी उठ, मेरा नाम आ गया। और नाम ही उस कॉलेज ही चाहिए जड़ा कॉलेज और चांदी सी, श्री राम कॉलेज, बड़ा अच्छा दिल्ली का मनाया गर्ल्स कॉलेज हैगा। बड़ा रोई और जदों दस रही सी तो सतगुरु जी साढ़े ते हमेशा ही कृपा कर देन, भरोसा साढ़ा होना चाहिए, क्योंकि भरोसा नहीं होएगा तो नाम भी नहीं उठे। फिर नाम भी ताई जपया जाता है जे असी सतगुरु की कृपा होए तो सतगुरु जी अगे यही मंग करांगे, सच्चे पातशाह जी आप जी ने साडा अमृत वेला नहीं कुसाना, जड़े नहीं भी उठ सकते उन्होंने भी कृपा करो पातशाह आप जी। आप जी ने आप उठा के अपने दरबार से पहुँचा के आप नाम नाल जोड़ना, ये बख्शिश मंगांगे। तो बाणी भी सच्चे पातशाह जी साढ़े लिए सानू यही कह रहे हैं कि मांगू राम के दान। उन्होंने साढ़े के नाम की बख्शिश की हुई है, क्योंकि जदों नाम जपया जाता है, साढ़े वड्डे बुजुर्ग भगत जी उन्होंने भगत कहना शुरू कर देंदी है, दुनिया बड़ा वड्डा भगत है, नाम जपदा अमृत वेले आंदा है, तो बड़िया सारिया पदवियां मिल जांदियां सानू। तो कहंदे ने भगत वो अखवांदा है जिस चों फुल दी फुल होंदा है, भगत नाम जपदा ना खिलिया आया फुल होंदा है, तो भगती जड़ी वो महक होंदी है। फिर जदों भगत सिमरन करदा है तो जदों जिथे भी जांदा है उत्थे फिर वो खुशबू फैला के आंदा है। तो सतगुरु जी साढ़े सारे ते बख्शिश करन कृपा करन। एक बारी होर पढ़ लईए ते इत्थे समाप्त। मांगो राम ते दान, राम ते राम।